ਚੱਲ ਦੋਸਤੋ, ਤੁਹਾਡਾ ਸਵਾਗਤ ਹੈ ਜੀ ਸਾਡੇ YouTube ਚੈਨਲ ਹਰੀਕਾ ਜੋਬ ਅਲਰਟ ਦੇ ਉੱਤੇ। ਦੋਸਤੋ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਲੈ ਕੇ ਆਈਏ, ਅਤੇ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਅਸੀਂ ਨੋਟੀਫਿਕੇਸ਼ਨ ਤੁਹਾਡੇ ਲਈ ਹੋਰ ਲੈ ਕੇ ਆਏ ਜੀ, ਕੇਂਦਰੀ ਵਿਦਿਆਲਿਆ CRPF ਸਰਾਏ ਖਾਸ ਦੇ ਲਈ। ਅਤੇ ਵਾਕ ਇਨ ਇੰਟਰਵਿਊ ਹੈ ਦੋਸਤੋ, ਅਤੇ ਔਫਲਾਈਨ ਤੁਸੀਂ ਅਪਲਾਈ ਕਰਨਾ ਜੀ। ਇਹਨਾਂ ਦੀ ਵੈਬਸਾਈਟ ਨੋਟ ਕਰ ਲਓ, ਸਰਾਏ ਖਾਸ SARAIKHASCRPF.KVS.AC.IN। ਠੀਕ ਹੈ ਜੀ, ਜੇਕਰ ਇਹ ਨੋਟੀਫਿਕੇਸ਼ਨ ਤੁਸੀਂ ਦੇਖਣਾ ਚਾਹੁੰਦੇ ਹੋ ਸਾਡੇ ਫੇਸਬੁੱਕ ਪੇਜ 'ਤੇ, ਮੁਫਤ ਦੇ ਵਿੱਚ ਦੇਖ ਸਕਦੇ ਹੋ। ਇਸ ਤੋਂ ਇਲਾਵਾ ਸਾਡੀ ਵਟਸਐਪ ਮੈਂਬਰਸ਼ਿਪ ਲੈ ਸਕਦੇ ਹੋ, 100 ਰੁਪਏ ਦੇ ਵਿੱਚ ਲਾਈਫ ਟਾਈਮ ਮੈਂਬਰਸ਼ਿਪ ਮਿਲ ਰਹੀ ਹੈ। ਅਤੇ ਦੋਸਤੋ, ਇਹਦੇ ਤੁਸੀਂ 21 ਮਾਰਚ 2020 ਤੱਕ ਫਾਰਮ ਹੈ ਜਿਹੜੇ ਅਪਲਾਈ ਕਰਕੇ ਉੱਥੇ ਭੇਜਣੇ ਆ ਜੀ। ਅਤੇ ਬਾਕੀ ਦੋਸਤੋ, ਜੇਕਰ ਤੁਸੀਂ ਸਾਡੇ ਰਾਹੀਂ ਅਪਲਾਈ ਕਰਾਉਣਾ ਚਾਹੁੰਦੇ ਹੋ, ਸਾਡੇ ਰਾਹੀਂ ਅਪਲਾਈ ਕਰਵਾ ਸਕਦੇ ਹੋ ਇਹ ਪੋਸਟ, ਅਤੇ ਬਿਲਕੁਲ ਮਿਨੀਮਮ ਕੋਸਟ ਦੇ ਵਿੱਚ ਅਪਲਾਈ ਕਰਵਾ ਸਕਦੇ ਹੋ। ਬਿਲਕੁਲ ਘੱਟ ਖਰਚੇ ਦੇ ਵਿੱਚ ਤੁਹਾਡਾ ਫਾਰਮ ਅਪਲਾਈ ਕਰ ਦਿੱਤਾ ਜਾਵੇਗਾ ਅਤੇ ਰਸੀਦ ਤੁਹਾਨੂੰ ਭੇਜ ਦਿੱਤੀ ਜਾਵੇਗੀ। ਅਤੇ ਦੋਸਤੋ, ਇਹਨੂੰ ਜੇਕਰ ਤੁਸੀਂ ਖੁਦ ਅਪਲਾਈ ਕਰਨਾ, ਇੱਥੋਂ ਫਾਰਮ ਡਾਊਨਲੋਡ ਕਰ ਲਓ, ਇਸ ਵੈਬਸਾਈਟ ਤੋਂ ਭਰ ਕੇ 21 ਮਾਰਚ 2020 ਤੱਕ ਭੇਜ ਦਿਓ। ਐਡਰੈਸ ਨੋਟ ਕਰ ਲਓ, ਕੇਂਦਰੀ ਵਿਦਿਆਲਿਆ CRPF ਕੈਂਪ ਸਰਾਏ ਖਾਸ। ਠੀਕ ਹੈ ਜੀ, ਫੋਨ ਨੰਬਰ ਹੈ 0181 27 890। ਠੀਕ ਹੈ ਜੀ, ਅਤੇ ਬਾਕੀ ਦੋਸਤੋ, ਜੇਕਰ ਸਾਡੇ ਰਾਹੀਂ ਫਾਰਮ ਲੈਣਾ, ਸਾਡੇ ਤੋਂ ਲੈ ਸਕਦੇ ਹੋ। ਸਾਡਾ ਵਟਸਐਪ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੈ, 9501867 2064। ਅਤੇ ਇਸ ਤੋਂ ਇਲਾਵਾ ਦੋਸਤੋ, ਕੁਆਲੀਫਿਕੇਸ਼ਨ ਨੋਟ ਕਰ ਲਓ, ਪੋਸਟਾਂ ਨੋਟ ਕਰ ਲਓ ਕਿਹੜੀਆਂ ਕਿਹੜੀਆਂ ਜੀ। ਸਭ ਤੋਂ ਪਹਿਲਾਂ PGT ਦੇ ਲਈ ਇੰਗਲਿਸ਼, ਹਿੰਦੀ, ਮੈਥ, ਕਮਰਸ ਅਤੇ ਇਕਨੋਮਿਕਸ। ਇਹਦੇ ਲਈ MA ਜਾਂ MSc ਵਿਦ 50% ਮਾਰਕਸ ਇਨ ਕੰਸਰਨ ਸਬਜੈਕਟ ਐਂਡ BEd ਕੀਤੀ ਹੋਵੇ। ਅਤੇ PGT ਕੰਪਿਊਟਰ ਸਾਇੰਸ ਦੇ ਲਈ MCA ਜਾਂ MSc ਜਾਂ BTech ਕੰਪਿਊਟਰ ਸਾਇੰਸ ਜਾਂ IT ਦੇ ਵਿੱਚ ਕੀਤੀ ਹੋਵੇ। ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਡਿਗਰੀ ਹੈ ਤੁਹਾਡੇ ਕੋਲ, ਜੇਕਰ ਪੋਸਟ ਗ੍ਰੈਜੂਏਟ ਡਿਗਰੀ ਹੈ ਕੋਈ ਵੀ ਵਿਦ PGDCA ਹੈ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ, ਜਾਂ ਫਿਰ ਜੇਕਰ ਤੁਹਾਡੇ ਕੋਲ ਨਾਈਲੈਟ ਵਾਲਾ A ਲੈਵਲ ਦਾ ਸਰਟੀਫਿਕੇਟ ਹੈ ਤਾਂ ਵੀ ਅਪਲਾਈ ਕਰ ਸਕਦੇ ਹੋ। ਅਤੇ TGT ਦੇ ਲਈ ਇੰਗਲਿਸ਼, ਮੈਥ, ਸਾਇੰਸ, ਸੰਸਕ੍ਰਿਤ, SST ਇਹਨਾਂ ਸਬਜੈਕਟਾਂ ਦਾ ਜੀ TGT ਦੇ ਲਈ ਕੁਆਲੀਫਿਕੇਸ਼ਨ ਹੈ VA ਵਿਦ 50% ਮਾਰਕਸ ਇਨ ਕੰਸਰਨ ਸਬਜੈਕਟ ਐਂਡ BEd। ਠੀਕ ਹੈ ਜੀ, CTET ਕੁਆਲੀਫਾਈਡ ਹੋਣਾ ਚਾਹੀਦਾ TGT ਦੇ ਲਈ ਕੈਂਡੀਡੇਟ, ਅਤੇ BEd ਨਾਲ ਹੋਣੀ ਜ਼ਰੂਰੀ ਆ। ਅਤੇ PRT ਦੇ ਲਈ ਦੋਸਤੋ, ਪਲੱਸ ਟੂ ਵਿਦ JBT ਜਾਂ ETT ਕੀਤੀ ਹੋਵੇ ਪਲੱਸ ਟੂ ਦੇ ਨਾਲ, 50% ਮਾਰਕਸ ਹੋਣੇ ਚਾਹੀਦੇ ਆ BA। ਇਸ ਤੋਂ ਇਲਾਵਾ BA ਅਤੇ BEd ਹੋਣੀ ਚਾਹੀਦੀ ਆ। ਜੇਕਰ ਤੁਸੀਂ ਪਲੱਸ ਟੂ ਦੇ ਨਾਲ ETT ਕੀਤੀ ਆ ਤਾਂ ਵੀ ਅਪਲਾਈ ਕਰ ਸਕਦੇ ਹੋ 50% ਨੰਬਰਾਂ ਦੇ ਨਾਲ PRT ਦੇ ਲਈ। ਇਸ ਤੋਂ ਇਲਾਵਾ ਜੇਕਰ ਤੁਸੀਂ BA ਦੇ ਨਾਲ BEd ਕੀਤੀ ਆ ਤਾਂ ਵੀ ਅਪਲਾਈ ਕਰ ਸਕਦੇ ਹੋ, ਬਟ CTET ਕੁਆਲੀਫਾਈਡ ਹੋਣਾ ਜ਼ਰੂਰੀ ਆ ਦੋਨਾਂ ਹਾਲਤਾਂ ਦੇ ਵਿੱਚ। ਅਤੇ ਅੱਗੇ ਦੋਸਤੋ, ਸਪੋਰਟਸ ਕੋਚਿਸ ਅਤੇ ਐਕਸਪਰਟਸ ਦੀ ਪੋਸਟ ਹੈ ਜੀ, ਮਿਊਜ਼ਿਕ, ਡਾਂਸ, ਆਰਟ ਐਂਡ ਕ੍ਰਾਫਟ। ਠੀਕ ਹੈ ਜੀ, BPED ਜਾਂ MPED ਕੀਤੀ ਹੋਵੇ ਸਪੋਰਟਸ ਕੋਚ ਦੇ ਲਈ, ਅਤੇ ਕੋਈ ਡਿਗਰੀ ਡਿਪਲੋਮਾ ਹੋਵੇ ਇਹਨਾਂ ਕੰਸਰਨ ਉਹਨਾਂ ਦੇ ਵਿੱਚ, ਜਿੱਦਾਂ ਕਿ ਮਿਊਜ਼ਿਕ ਦਾ ਕੋਈ ਮਾਸਟਰ ਡਿਗਰੀ ਮਿਊਜ਼ਿਕ ਦੇ ਵਿੱਚ ਹੋਵੇ। ਠੀਕ ਹੈ, ਆਰਟ ਐਂਡ ਕ੍ਰਾਫਟ ਦੇ ਲਈ ਕੋਰਸ ਕੀਤਾ ਹੋਵੇ ਇਹਦਾ। ਕਾਉਂਸਲਰ ਦੇ ਲਈ ਦੋਸਤੋ, ਗ੍ਰੈਜੂਏਸ਼ਨ ਸਾਈਕੋਲੋਜੀ ਦੇ ਵਿੱਚ ਹੋਣੀ ਚਾਹੀਦੀ ਹੈ ਵਿਦ ਸਰਟੀਫਿਕੇਟ ਆਫ ਡਿਪਲੋਮਾ ਇਨ ਗਾਈਡੈਂਸ ਔਰ ਕਾਉਂਸਲਿੰਗ ਵਿਦ 1 ਈਅਰ ਰੈਗੂਲਰ ਐਕਸਪੀਰੀਅੰਸ ਹੋਣਾ ਚਾਹੀਦਾ। ਡਾਟਾ ਐਂਟਰੀ ਓਪਰੇਟਰ ਦੇ ਲਈ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਤੁਹਾਡਾ ਹੋਣਾ ਚਾਹੀਦਾ ਦੋਸਤੋ, ਪਲੱਸ ਟੂ ਪਾਸ ਤੁਸੀਂ ਹੋਣੇ ਚਾਹੀਦੇ ਹੋ ਡਾਟਾ ਐਂਟਰੀ ਓਪਰੇਟਰ ਦੇ ਲਈ। ਇਸ ਤੋਂ ਇਲਾਵਾ ਡਿਪਲੋਮਾ ਹੋਣਾ ਚਾਹੀਦਾ ਤੁਹਾਡਾ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ DCA ਵਗੈਰਾ, ਅਤੇ ਇਸ ਤੋਂ ਇਲਾਵਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਨੂੰ ਡਾਟਾ ਐਂਟਰੀ ਦਾ, ਟਾਈਪਿੰਗ ਸਪੀਡ ਹੋਣੀ ਚਾਹੀਦੀ ਤੁਹਾਡੀ ਅੰਗਰੇਜ਼ੀ ਦੇ ਵਿੱਚ। ਅਤੇ ਇੰਟਰਵਿਊ ਦੀ ਡੇਟ ਹੈ ਜੀ ਸਾਰੀਆਂ ਪੋਸਟਾਂ ਦੇ ਲਈ 23 ਮਾਰਚ 2020 ਨੂੰ ਸਵੇਰੇ 9 ਵਜੇ ਉੱਥੇ ਇੰਟਰਵਿਊ ਹੈ ਤੁਹਾਡਾ ਸਾਰੀਆਂ ਪੋਸਟਾਂ ਦੇ ਲਈ। ਅਤੇ ਦੋਸਤੋ, ਇਸ ਤੋਂ ਪਹਿਲਾਂ ਤੁਹਾਡੇ ਫਾਰਮ ਉੱਥੇ ਪਹੁੰਚਣੇ ਜ਼ਰੂਰੀ ਨੇ, ਅਤੇ ਜੇਕਰ ਕੈਂਡੀਡੇਟ ਜ਼ਿਆਦਾ ਹੋਏ ਤਾਂ ਰਿਟਨ ਟੈਸਟ ਲਿਆ ਜਾਵੇਗਾ, ਅਦਰਵਾਈਜ਼ ਸਿੱਧਾ ਇੰਟਰਵਿਊ ਹੋਣਾ ਤੁਹਾਡਾ। ਅਤੇ ਤੁਸੀਂ ਪਹਿਲਾਂ ਫਾਰਮ ਭੇਜਣਾ ਉੱਥੇ ਸੈਲਫ ਟੈਸਟਡ ਫੋਟੋ ਕਾਪੀਜ਼ ਨਾਲ ਲਗਾ ਕੇ। ਠੀਕ ਹੈ ਜੀ, ਜੇ ਸਾਡੇ ਰਾਹੀਂ ਅਪਲਾਈ ਕਰਾਉਣਾ ਚਾਹੁੰਦੇ ਹੋ ਸਾਡਾ ਵਟਸਐਪ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਹੈ, ਸਾਡੇ ਰਾਹੀਂ ਅਪਲਾਈ ਕਰਵਾ ਸਕਦੇ ਹੋ। ਅਤੇ ਇਸ ਤੋਂ ਇਲਾਵਾ ਇੱਕ ਨੋਟੀਫਿਕੇਸ਼ਨ ਹੋਰ ਹੈ ਜੀ, ਇਹ ਹੈ ਦੋਸਤੋ ਨਾਭਾ ਦੇ ਲਈ। ਨਾਭਾ ਕਿੱਥੇ ਹੈ ਜੀ, ਜ਼ਿਲ੍ਹਾ ਪਟਿਆਲਾ ਦੇ ਵਿੱਚ ਪੈ ਜਾਂਦਾ ਨਾਭਾ, ਨਾਭਾ ਛਾਉਣੀ। ਅਤੇ ਇਹਨਾਂ ਦੀ ਵੈਬਸਾਈਟ ਨੋਟ ਕਰ ਲਓ ਜੀ, nabhacant.kvs.ac.in। ਇੱਥੇ ਵੀ ਵਾਕ ਇਨ ਇੰਟਰਵਿਊ ਹੈ ਜੀ ਸੈਸ਼ਨ 2020-21 ਦੇ ਲਈ ਦੋਸਤੋ। ਅਤੇ ਇੱਥੇ ਦੋਸਤੋ ਕਾਉਂਸਲਰ ਦੀ ਪੋਸਟ ਹੈ ਜੀ, ਨਰਸ ਦੀ ਹੈ, ਯੋਗ ਸ਼ਿਕਸ਼ਕ ਦੀ ਹੈ, ਯੋਗਾ ਟੀਚਰ ਦੀ, PGT ਅਰਥਸ਼ਾਸਤਰ ਅਤੇ PGT ਵਣਜਿਆ ਦੀਆਂ ਪੋਸਟਾਂ ਨੇ। ਅਤੇ ਇਹਨਾਂ ਦਾ ਜਿਹੜਾ ਇੰਟਰਵਿਊ ਹੈ ਜੀ 24 ਮਾਰਚ 2020 ਨੂੰ ਸਵੇਰੇ 8 ਵਜੇ ਹੋਣਾ, ਜਿਹੜੀਆਂ ਮੈਂ ਹੁਣ ਦੱਸੀਆਂ ਪੋਸਟਾਂ। ਅਤੇ ਬਾਕੀ ਦੋਸਤੋ, PGT ਅੰਗਰੇਜ਼ੀ, ਗਣਿਤ ਅਤੇ ਹਿੰਦੀ, TGT ਅੰਗਰੇਜ਼ੀ, ਗਣਿਤ, ਹਿੰਦੀ ਅਤੇ ਸੰਸਕ੍ਰਿਤ, ਇਹਨਾਂ ਦਾ ਹੋਣਾ ਜੀ 25 ਮਾਰਚ 2020 ਨੂੰ ਸਵੇਰੇ 8:30 ਵਜੇ। ਅਤੇ ਅੱਗੇ ਦੋਸਤੋ, TGT ਪੰਜਾਬੀ ਵਿਗਿਆਨ ਅਤੇ ਸਮਾਜਿਕ ਵਿਗਿਆਨ ਅਤੇ PRT ਜਿੰਨੇ ਵੀ PRT ਟੀਚਰ ਨੇ, ਇਹਨਾਂ ਦਾ ਹੋਣਾ ਜੀ 26 ਮਾਰਚ 2020 ਸਵੇਰੇ 8 ਵਜੇ। ਅਤੇ ਦੋਸਤੋ, ਇਹ ਜਿਹੜਾ ਤੁਸੀਂ ਫਾਰਮ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰਨਾ, ਅਤੇ ਬਾਕੀ ਕੁਆਲੀਫਿਕੇਸ਼ਨ ਦੀ ਡਿਟੇਲ ਵੀ ਇਹਨਾਂ ਦੀ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ ਦੋਸਤੋ। ਉਮਰ ਹੱਦ ਕੋਈ ਚੱਕਰ ਨਹੀਂ ਹੁੰਦਾ, ਤੁਸੀਂ 40-45 ਸਾਲ ਤੱਕ ਦੇ ਅਪਲਾਈ ਕਰ ਸਕਦੇ ਹੋ, ਕੋਈ ਚੱਕਰ ਨਹੀਂ। ਅਤੇ
ਜਦੋਂ ਤੁਸੀਂ ਉੱਥੇ ਇੰਟਰਵਿਊ ਦੇਣ ਜਾਣਾ ਤਾਂ ਆਪਣੇ ਓਰੀਜਨਲ ਡਾਕੂਮੈਂਟਸ ਨਾਲ ਲੈ ਕੇ ਜਾਣੇ ਆ ਦੋਸਤੋ, ਅਤੇ ਆਪਣੀ ਫੋਟੋਜ਼ ਵਗੈਰਾ ਲੈ ਕੇ ਜਾਣੀਆਂ ਨੇ, ਪਾਸਪੋਰਟ ਸਾਈਜ਼, ਠੀਕ ਆ ਜੀ। ਅਤੇ ਬਾਕੀ ਦੋਸਤੋ ਫਾਰਮ ਵਗੈਰਾ ਇਹਨਾਂ ਦੀ ਵੈਬਸਾਈਟ 'ਤੇ ਹੋਣਾ, ਉਹ ਤੁਸੀਂ ਭਰ ਕੇ ਨਾਲ ਲੈ ਕੇ ਜਾਣਾ, ਠੀਕ ਹੈ। ਜੇ ਕੁਛ ਨਹੀਂ ਮਿਲ ਰਿਹਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜਾਂ ਸਾਨੂੰ ਵਟਸਐਪ 'ਤੇ ਸੰਪਰਕ ਕਰ ਸਕਦੇ ਹੋ ਦੋਸਤੋ। ਅਤੇ ਬਾਕੀ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹਿਣਾ ਦੋਸਤੋ, ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਹੀਂ ਭੁੱਲਣਾ, ਅਤੇ ਇਹੋ ਜਿਹੀਆਂ ਜਾਣਕਾਰੀਆਂ ਹੋਰ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਜੇ ਚਾਹੁੰਦੇ ਤੁਹਾਨੂੰ ਵਟਸਐਪ 'ਤੇ ਇਹੋ ਜਿਹੀਆਂ ਜਾਣਕਾਰੀਆਂ ਮਿਲਣ, ਸਾਡੀ ਵਟਸਐਪ ਮੈਂਬਰਸ਼ਿਪ ਸਿਰਫ 100 ਰੁਪਏ ਦੇ ਵਿੱਚ ਤੁਸੀਂ ਲੈ ਸਕਦੇ ਹੋ। ਅਤੇ ਧੰਨਵਾਦ ਦੋਸਤੋ, ਸਤਿ ਸ਼੍ਰੀ ਅਕਾਲ ਜੀ।